भारत पाकिस्तान सरहद दे नेड़े आ ये वाला पिंड। तीन पिंड ने एको ही नाम दे, एक भारत की सरहद दे लागे है ते दो पिंड पाकिस्तान च ने, सेम नाम। जानते हैं इस पिंड का सफरनामा। ये वाला पिंड है मुंबई, एक मुस्लिम वीर दे वल्लों आबाद किया गया है पिंड, बॉर्डर दे नेड़े है ते बड़ा खुशहाल पिंड है। किसे वक्त इत्थे हवेली हुंदी सी ते मस्जिद भी हुंदी सी, पर अज अरसा दराज हो गया, वो हवेली नहीं रही। पर उन्हां ने पिंड वासियां ने यही पिंड उस नाम से अज भी कामयाब रखा हुआ। तो लाते हैं पिंड का गेड़ा, आ जाओ चलिए। चाचे जो तुम इस पिंड च आए, इस पिंड च उस वक्त की हैगा सी, कोई जुगी झोंपड़ी हैगी सी या मकान बने हुए? नहीं, मकान चंगे सन, हवेली सी, मुसलमान चंगी हवेली भी हैगी सी। हाँ, उन्हें मान ली। हाँ जी, ਨੰਬਰਦਾਰੀ ਸਾਨੂੰ ਸਸਤੀ ਕਰ ਜਾਏਗੀ। ਹਾਂ, ਅਤੇ ਹੋਰ ਪਿੰਡ 'ਚ ਕੋਈ ਮਸਜਿਦ ਜਾਂ ਹੋਰ ਕੁਛ ਗੁਰਦੁਆਰਾ ਸਾਹਿਬ ਇਸ ਤਰ੍ਹਾਂ ਕੁਛ ਹੈਗਾ ਸੀ? ਮਸੀਤ ਆਏ, ਮਸੀਤ ਹੈਗੀ ਸੀ, ਉਹਨੇ ਡਈ। ਹਾਂ, ਅਸੀਂ ਦੋ ਪਿੰਡ ਆ ਗਏ। ਹਾਂਜੀ, ਉਹ ਨਹੀਂ ਡਾਈ ਉਹਨਾਂ ਮੁਸਲਮਾਨਾਂ। ਜਿਹੜੀ ਤੁਸੀਂ ਹਵੇਲੀ ਦੀ ਗੱਲ ਕਰਦੇ ਹੋ, ਹਾਂ, ਉਹ ਕਿਹੋ ਜਿਹੀ ਬਣੀ ਹੋਈ ਸੀ? ਚੌਰਸ ਬਣੀ, ਅੱਠ 12 ਕੋਠੇ ਗਏ ਸੀ। 12 ਕੋਠੇ ਗਏ ਸੀ, ਉਹੀ ਹੋਣੀ ਆ ਮੁੰਬਈ ਕੀ ਦੀ ਹਵੇਲੀ? ਉਹੀ ਹੋਣੀ ਹੈ ਜਿਹਦੇ ਨਾਮ 'ਤੇ ਪਿੰਡ ਵਸਿਆ ਮੁੰਬਈ ਕੀ? ਮੁੰਬਈ ਦਾ ਹੁਣ ਮੁੰਬਈ ਦਾ ਹੈ, ਇੱਕ ਮੁਸਲਮਾਨ ਚਲੇ ਗਏ, ਅਸੀਂ ਪਿੰਡ ਮੰਨ ਲਈ ਆ। ਖੂਹ ਵਗਿਆ, ਪਾਣੀ ਵਗਿਆ, ਕਮਾਦ ਵਾਲੇ ਪੌਂਡੇ ਬੜੇ ਆਏ, ਇੱਥੇ ਖੜ੍ਹੇ ਸੀ ਪੌਂਦੇ ਉਸ? ਹਾਂ, ਪੌਂਡੇ ਖੜ੍ਹੇ, ਅਤੇ ਖੂਹ ਉਹ ਬਾਅਦ 'ਚ ਰਹੇ ਨੇ, ਖੂਹ ਕੇ ਪੂਰ ਦਿੱਤੇ? ਖੂਹ ਹੁਣ ਗਰਵਾਜ ਹੋਏ, ਬਾਅਦ ਖੂਹ 5-5 ਸਾਲ ਖੂਹ ਆਇਆ, ਉਹੀ ਖੂਹ ਬਾਂਹਦੇ ਰਹੇ ਜੀ। ਕਿੱਡਾ ਕੁ ਹੈਗਾ ਸੀ ਪਿੰਡ ਇਹ? ਪਿੰਡ ਕਿੱਡਾ ਕੁ ਹੈਗਾ ਸੀ? ਪਿੰਡ ਐਡਾ ਹੀ ਹੈਗਾ ਸੀ ਜਾਂ ਇਸ ਤੋਂ ਵੱਡਾ ਛੋਟਾ? 50-60 ਘਰ ਹੈਗੇ ਸੀ। ਅਤੇ ਜੁੱਗੀ ਝੋਂਪੜੀਆਂ ਕੋਈ ਇਸ ਤਰ੍ਹਾਂ ਦੇ ਹੈਗੇ ਸੀ? ਕੋਈ ਘਰ ਵਗੈਰਾ ਜਿਹੜੇ ਹੋਰ ਹੈਗੇ ਸੀ, ਕੱਚੇ ਸੀ ਜਾਂ ਪੱਕੇ ਸੀ? ਕੋਠੇ ਕੱਚੇ ਹੈ, ਕੱਚੇ ਹੈਗੇ ਸੀ। ਸਾਡਾ ਕੋਠੇ ਜਿਹੜਾ ਮਿਲੇ ਨਾ, ਉਹ ਪੱਕਾ। ਪਿੰਡ ਮੁੰਬਈ ਕੀ ਕਿਸੇ ਬੰਦੇ ਦਾ ਨਾਮ ਸੀਗਾ ਇਹ ਜਾਂ ਹੋਰ ਹੀ ਕਿਸੇ ਚੀਜ਼ ਤੋਂ ਰੱਖਿਆ ਗਿਆ ਨਾਮ ਉਹਨਾਂ ਨੇ? ਇਹ ਮੁੰਬਈ ਸੀ, ਮਹਾਜਨ। ਅੱਛਾ, ਨਾਦਰ ਸ਼ਾਹ, ਨਾਦਰ ਸਿੰਘ, ਉਹ ਹਿੰਦੁਸਤਾਨੀ ਸੀ, ਉਹ ਇੱਥੋਂ ਦਾ ਹੀ ਹੈਗਾ ਸੀ? ਇੱਥੋਂ ਦਾ ਸੀ। ਹਾਂਜੀ, ਉਹਦੀ 100 ਕਿੱਲਾ ਪਈ। ਅੱਛਾ, ਮਾਜਾ ਦੀ ਉਹਦੀ 100 ਕਿੱਲਾ ਪੈਲੀ ਸੀ? ਹਾਂ, ਮੁਸਲਮਾਨਾਂ ਕਰਕੇ ਚਾਹੇ ਮੁੱਲ ਲਈ ਗਿਆ ਹੈ। ਹਾਂ, ਕਿਵੇਂ ਵੀ ਹੋ ਸਕਦਾ, ਲਾਟ ਕਰਾਈ ਜਾਂ ਮੁੱਲ ਲਈ, ਉਹ ਰੱਬ ਜਾਣੇ ਉਸ ਵਕਤ ਦੀ ਗੱਲ ਹੈ। ਅਤੇ ਹੋਰ ਇੱਕ ਖੂਹ ਜਿਹੜੇ ਹੈਗੇ ਸੀ, ਜ਼ਿਆਦਾ ਹੈਗੇ ਸੀ ਜਾਂ 1-2 ਹੀ ਹੈਗੇ ਸੀ ਖੂਹ? ਨਹੀਂ, ਖੂਹ 10-15 ਦੇ। 10-15 ਖੂਹ ਹੈਗੇ ਸੀ? ਹਾਂ, ਚਲਦੇ ਸੀ, ਸਾਰੇ ਚਲਦੇ ਸੀ। ਪਿੰਡ ਦੇ ਲੋਕਾਂ ਨਾਲ ਵੀ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਜਾਣਦੇ ਹਾਂ ਇਸ ਪਿੰਡ ਦਾ ਨਾਮ ਕਿਵੇਂ ਪਿਆ। ਪਿੰਡ ਸਰਹੱਦ ਦੇ ਕੋਲ ਹੈ ਅਤੇ ਨਾਮ ਹੈ ਮੁੰਬਈ ਕੀ। ਇਹ ਮੁੰਬਈ ਕੀ ਨਾਮ ਕਿਉਂ ਰੱਖਿਆ ਗਿਆ? ਦਰਅਸਲ ਕੀ ਸੀਗਾ ਕਿ ਮੁੰਬਈ ਅਤੇ ਮਹਿਮੂਦ ਇਹ ਭਰਾ ਸੀਗੇ, ਔਰ ਬੜੇ ਅਣਖ ਵਾਲੇ। ਜਿਹੜਾ ਇਹਨਾਂ ਦੇ ਵਿੱਚੋਂ ਮੁੰਬਾ ਸੀ, ਉਹਦੇ ਨਾਮ 'ਤੇ ਹੀ ਪਿੰਡ ਆਬਾਦ ਹੋਇਆ ਮੁੰਬਈ ਕੀ। ਜਦੋਂ ਤੁਸੀਂ ਚਾਚਾ ਜੀ ਇੱਥੇ ਪਿੰਡ 'ਚ ਆ ਕੇ ਆਬਾਦ ਹੋਈ, ਤੁਹਾਡੇ ਨਾਲ ਹੋਰ ਵੀ ਲੋਕ ਹੈਗੇ ਸੀ ਜਾਂ ਇਕੱਲਾ ਪਰਿਵਾਰ ਤੁਹਾਡਾ ਹੀ ਸੀ? ਸਾਡਾ ਇਕੱਲਾ ਪਰਿਵਾਰ ਹੈ, ਜੋ ਪਿੰਡ ਆਪ ਵਿੱਚ ਚਾਚੇ ਤਾਏ ਹੈ। ਅੱਛਾ, ਉਹੀ ਮਤਲਬ ਇੱਕ ਹੀ ਪਰਿਵਾਰ ਦੇ ਸਾਰੇ ਮੈਂਬਰ ਆਏ? ਇੱਕ ਘਰ ਵੱਖਰਾ ਸੀ। ਹੌਲੀ ਹੌਲੀ ਫਿਰ ਹੋਰ ਲੋਕ ਆਉਂਦੇ ਰਹੇ ਅਤੇ ਪਿੰਡ ਪੂਰਾ ਬਣ ਗਿਆ। ਸਹੀ ਰਾਜਾ ਇੱਥੇ
ਉਹਨਾਂ ਗੱਡੀਆਂ ਮੋਟਰਾਂ ਘਟ ਆਈਆਂ ਹਾਂ ਕੱਚੇ ਖਾਲੇ ਆਏ ਉਦੋਂ ਕੱਚੇ ਖਾਲੇ ਸੀ ਸਾਡੇ ਕੋਲ ਘੋੜੀ ਆਈ ਘੋੜੀ ਹੈਗੀ ਸੀ ਸਾਡੇ ਕੋਲ ਪਾਕਿਸਤਾਨ ਦੀ ਘੋੜੀ ਆਈ ਅੱਛਾ ਅਸੀਂ ਘੋੜੀ ਲੈ ਗਏ ਤਹਿਸੀਲਦਾਰ ਨੂੰ ਹਾਂ ਮੇਰੇ ਬਾਪ ਨੇ ਘੋੜੀ ਦੇ ਫਸਲੇ ਬੰਦਾਣਾ ਖਵਾ ਲਓ ਘੋੜੀ ਮੇਰੀ ਹਾਂ ਅੱਛਾ ਅੱਛਾ ਬੁਲਾ ਆਦਮੀ ਨੂੰ ਜਿਹੜੇ ਬੰਦੇ ਹੈ ਗਿਆਰਾਂ ਬੰਦੇ ਬੁਲਾਏ ਗਿਆਰਾਂ ਬੰਦੇ ਸਾਡੇ ਨਾਲ ਫਿੱਟ ਕਰਕੇ ਪਏ ਆ ਅੱਛਾ ਉੱਥੇ ਨੰਬਰਦਾਰੀ ਵੀ ਲੈ ਗਈ ਆ ਨੰਬਰਦਾਰੀ ਵੀ ਤੁਹਾਡੇ ਕੋਲ ਹੀ ਹੈ ਉਦੋਂ ਦੀ ਚੱਲੀ ਆ ਰਹੀ ਤਿੰਨ ਪਿੰਡ ਦੱਸੇ ਆ ਇੱਕੋ ਨਾਮ ਦੇ ਇੱਕ ਤਾਂ ਇਹ ਭਾਰਤ ਪਾਕਿਸਤਾਨ ਸਰਹੱਦ ਦੇ ਕੋਲੋਂ ਭਾਰਤ ਦੇ ਇਲਾਕੇ ਵਿੱਚ ਹੈ ਅਤੇ ਦੋ ਪਿੰਡ ਹੋਰ ਉਹ ਕਿੱਥੇ ਨੇ ਉਹਨਾਂ ਦੇ ਵਿੱਚੋਂ ਇੱਕ ਪਿੰਡ ਹੈ ਕਸੂਰ ਦਾ ਅਤੇ ਦੂਜਾ ਪਿੰਡ ਹੈ ਓਕਾੜੇ ਦਾ ਉਹਨਾਂ ਦਾ ਨਾਮ ਵੀ ਇਹੀ ਹੈ ਮੁੰਬਈ ਕੀ ਅੱਗੇ ਹੋਰ ਵੀ ਗੱਲ ਜਾਰੀ ਰੱਖਾਂਗੇ ਪਰ ਪਹਿਲਾਂ ਸੁਣਦੇ ਹਾਂ ਇੱਥੋਂ ਦੇ ਵੱਡਿਆਂ ਦੀਆਂ ਗੱਲਾਂ ਅੱਛਾ ਚਾਚੀ ਇੱਥੇ ਆਸੇ ਪਾਸੇ ਪਿੰਡ ਕਿਹੜੇ ਹੈਗੇ ਨੇ ਮੁੰਬਈ ਕੀ ਦੇ ਨਾਲ ਨਾਲ ਬੱਖੂ ਸ਼ਾਹ ਆ ਗਿਆ ਮੁਹੰਮਦ ਪੀਰਾ ਕਾਦਰ ਬਖਸ਼ ਕਬੂਲ ਸ਼ਾਹ ਆਸਾ ਵਾਲਾ ਕੋਠਾ ਕਰਨੀ ਖੇੜਾ ਇਹ ਸਾਰੇ ਨਾਲ ਨਾਲ ਲੱਗਦੇ ਪਿੰਡ ਨੇ ਤੇ ਇੱਥੋਂ ਚਾਚੇ ਜੀ ਪਾਕਿਸਤਾਨ ਕਿੰਨੀ ਦੂਰ ਹੈ ਤੁਹਾਡੇ ਪਿੰਡ ਤੋਂ ਇੱਥੋਂ ਹਾਂਜੀ ਕਿਲੋਮੀਟਰ ਬਸ ਹੈ ਨੇੜੇ ਹੀ ਹੈ ਪਾਕਿਸਤਾਨ ਅੱਛਾ ਇਹ ਭਗਤ ਸਿੰਘ ਸਮਾਜ ਲਈ ਨੇ ਨਾ ਅੱਗੇ ਜਿਹੜਾ ਕੰਦਰ ਕੇ ਸਾਡੇ ਬਣਿਆ ਕੰਦਰ ਕੇ ਹਾਂਜੀ ਅਤੇ ਫਿਰ ਉਹ ਹੱਜ ਲਈ ਉਹ ਵੰਡ ਇਹ ਮੁਲਪਰਾ ਹੋ ਗਿਆ ਅੱਛਾ ਭਗਤ ਸਿੰਘ ਦੀ ਸਮਾਧ ਲੈਣ ਦੇ ਬਦਲੇ ਉਹ ਪਿੰਡ ਉੱਧਰ ਦੇ ਦਿੱਤੇ 12 ਪਿੰਡ ਦਿੱਤੇ ਸੀਗੇ ਜਾਂ 14 ਪਿੰਡ ਹੈ ਨਾ ਅਤੇ ਚਾਚਾ ਤੁਸੀਂ ਕਹਿੰਦੇ ਹੋ ਕਿ ਪਾਕਿਸਤਾਨ ਨੇੜੇ ਹੈ ਫਿਰ ਇਹਨਾਂ ਦੋਵਾਂ ਦੇਸ਼ਾਂ ਦੇ ਵਿੱਚ ਆਪਸੇ ਤਣਾਅ ਜਿਹਾ ਪੈਂਦਾ ਹੀ ਰਹਿੰਦਾ ਅਕਸਰ ਹੈ ਨਾ ਫਿਰ ਕਿਵੇਂ ਗੁਜ਼ਾਰਾ ਕਰਦੇ ਉਦੋਂ ਪਿੰਡ ਛੱਡਣਾ ਪੈਂਦਾ ਜਾਂ ਇੱਥੇ ਬੈਠੇ ਰਹਿੰਦੇ ਬੈਠੇ ਲੜਾਈ ਹੋਈ ਹਾਂਜੀ ਨਿਕਲ ਗਏ 65 ਵਿੱਚ ਵੀ ਨਿਕਲ ਗਏ 71 ਵਿੱਚ ਵੀ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਪੈਂਦਾ ਹੀ ਰਹਿੰਦਾ ਹੈ ਨਾ ਕਿਉਂਕਿ ਆਵਾਮ ਤਾਂ ਨਹੀਂ ਚਾਹੁੰਦੀ ਪਰ ਸਰਕਾਰਾਂ ਦੇ ਕੰਮ ਨੇ ਅਤੇ ਉੱਥੇ ਤੁਸੀਂ ਤੁਹਾਡੀ ਖੇਤੀ ਵੀ ਲੋਕ ਕਰਦੇ ਆਪਣੇ ਬਿਲਕੁਲ ਬਾਰਡਰ ਦੇ ਨਾਲ ਉਹ ਖੇਤੀ ਕਰ ਉਹਨਾਂ ਨੂੰ ਦਿੱਕਤਾਂ ਨਹੀਂ ਆਉਂਦੀਆਂ ਹੋਣੀਆਂ ਫਿਰ ਉਦੋਂ ਤਾਰ ਲੱਗੀ ਹੋਈ ਹੈ ਅਤੇ ਉਹ ਬਾਹਰ ਆਉਣ ਪਈ ਉਹਨਾਂ ਨੂੰ 10,000 ਸਾਲ ਦਾ ਦੇ ਦਿਆ ਅੱਛਾ ਪਹਿਲੀ ਦਾ ਇੱਕ ਕਿੱਲੇ ਦਾ 10,000 ਰੁਪਈਆ ਦਿੰਦੇ ਬੜਾ ਅਣਖ ਵਾਲਾ ਸੀ ਮੁੰਬਾ ਮੁਸਲਿਮ ਭਾਈਚਾਰੇ ਦਾ ਮੋਢੀ ਇਸ ਪਿੰਡ 'ਚ ਰਹਿੰਦਾ ਸੀਗਾ ਔਰ ਉਹਦੇ ਸਹੁਰੇ ਹੋਰ ਪਿੰਡ 'ਚ ਸੀਗੇ ਇੱਕ ਦਿਨ ਕੀ ਹੋਇਆ ਕਿ ਉਹਦਾ ਸਹੁਰਾ ਮਿਲਣ ਵਾਸਤੇ ਇੱਥੇ ਆਇਆ ਸੀ ਮੁੰਬਈ ਕੀ ਪਿੰਡ ਦੇ ਵਿੱਚ ਇੱਕ ਮੰਜਾ ਪਿਆ ਸੀ ਬੜਾ ਸੋਹਣਾ ਮੰਜੇ ਤਾਂ ਹੋਰ ਵੀ ਸੀਗੇ ਪਰ ਉਸ ਮੰਜੇ ਦੀ ਸ਼ਾਨ ਵੱਖਰੀ ਸੀ ਅਤੇ ਜਿਹੜਾ ਮੁੰਬਈ ਦਾ ਸਹੁਰਾ ਸੀ ਉਸ ਖੂਬਸੂਰਤ ਮੰਜੇ ਦੇ ਉੱਪਰ ਬੈਠ ਗਿਆ ਨੌਕਰ ਆਇਆ ਅੰਦਰ ਜਾ ਕੇ ਮੁੰਬਈ ਨੂੰ ਦੱਸਿਆ ਕਿ ਤੁਹਾਡੇ ਮੰਜੇ ਦੇ ਉੱਪਰ ਤੁਹਾਡਾ ਸਹੁਰਾ ਬੈਠ ਗਿਆ ਖੈਰ ਗੱਲਬਾਤ ਹੋਈ ਜੋ ਵੀ ਹੋਇਆ ਉਸ ਤੋਂ ਬਾਅਦ ਜਦੋਂ ਸਹੁਰਾ ਚਲਾ ਗਿਆ ਤਾਂ ਆਖਦੇ ਇਸ ਮੰਜੇ ਦੇ ਟੁਕੜੇ ਟੁਕੜੇ ਕਰ ਦਿਓ ਕਿਉਂਕਿ ਇਸ ਮੰਜੇ 'ਤੇ ਬੈਠਣ ਦਾ ਅਧਿਕਾਰ ਸਿਰਫ ਮੁੰਬਈ ਨੂੰ ਹੈ ਕਹਿੰਦੇ ਨੇ ਕਿ ਉਸ ਤੋਂ ਬਾਅਦ ਉਹੀ ਮੰਜਾ ਤੋੜ ਦਿੱਤਾ ਗਿਆ ਸੀ ਇੱਥੋਂ ਤੁਸੀਂ ਸ਼ਹਿਰ ਨੂੰ ਜਾਣਾ ਹੋਵੇ ਫਾਜ਼ਿਲਕਾ ਨੂੰ ਫਾਜ਼ਿਲਕਾ ਕਿੰਨੀ ਕੁ ਦੂਰ ਹੈ ਇੱਥੋਂ ਸਾਢੇ ਪੰਦਰਾਂ ਕਿਲੋਮੀਟਰ ਨੇੜੇ ਹੀ ਹੈ ਇਹ ਵੀ ਫਾਜ਼ਿਲਕਾ ਵੀ ਨੇੜੇ ਅੱਛਾ 6 ਕਿਲੋਮੀਟਰ ਬਣਾ ਲਏ ਹਾਂ ਹੋਰ ਪਿੰਡ ਦੇ ਵਿੱਚ ਸੜਕਾਂ ਵਗੈਰਾ ਜਾਂ ਕਿਹੋ ਜਿਹਾ ਬਣਿਆ ਹੋਇਆ ਸੀ ਐਵੇਂ ਹੀ ਬਣਿਆ ਹੋਇਆ ਸੀ ਲਾਈਨ ਵਾਰ ਜਾਂ ਕੋਈ ਹਾਂਜੀ ਹੁਣ ਬਣਾਇਆ ਪੰਚਾਇਤਾਂ ਬਣੀਆਂ ਹਾਂ ਮੈਂਬਰ ਬਣੇ ਅੱਛਾ ਹੁਣ ਹੀ ਨਹੀਂ ਘਰ ਕਿਵੇਂ ਬਣੇ ਹੋਏ ਸੀ ਐਂ ਟੇਡੀਆਂ ਮੇਡੀਆਂ ਗਲੀਆਂ ਹੈਗੀਆਂ ਸੀ ਸਿੱਧੀਆਂ ਕੰਮ ਦੀ ਨਹੀਂ ਹੈ ਅੱਛਾ ਮਨ ਮਰਜ਼ੀ ਨਾਲ ਹੀ ਬਣਾਈਆਂ ਨਿੱਕੀਆਂ ਗਲੀਆਂ
तीर तुक्के नाल ही बना लिया जिथे जिथे दिल किया उन्हें बना लिया। उस तो बाद हुण तां वधिया सीधिया सड़कां जांदियां ने। हुण 47 दा दौर, अमन चैन दे विच खलल पै गया ते इत्थों दा जिहड़ा मुस्लिम भाईचारा सी उह तुर पिया एक नवें आशियाने दी भाल 'च।